جاتب نل حسن سلوات و قال والا باوی فی حاج ایسا تواو فی کل ایسا من سا وليم وحافظا وكادا وناصرا ودليلا وانا حتى تسكنه ارزاقا یا رب محمد و آل محمد و اجل فرجا آل محمد علی ولی ذات ملک صلوات علی ان ولی اللہ نعرہ حیدری عرض کی تیت تیر چار سترہ تو نوکری پاک دا آغاز ہکا روبائی پڑھنی تبرکن مسیب تے پائی جانو بڑی جلدی نل ممبر دیندہ بیا بانیاں نے مجلس ساڈے محترم مار غلام محمد صاحب دا اے صفحہ عذاب ہی چایا میری پاک مرشدزادیاں اس بار گاج قبول تے منظور فرمائے تطہیر کی لفظ آکھیا ہے تطہیر بڑے پڑھے لکھے چہرے سے میرے سامنے تشریف فرمائیں تطہیر 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 دے نوری سہن دے وچ جو نقشہ تیرے ذہن چایا آ گیا ہے نا توجہ تطہیر دے نوری سہن دے وچ آیا ہے نازل قرآن وفادا تھی آئیو
ਝੋਲੀ ਵੇਚ ਤੇ ਆਇਓ ਮੁੱਲ ਬਣੀਨ ਦੀ ਝੋਲੀ ਵਿੱਚ ਵੋ ਨਾਜ਼ਿਲ ਕੁਰਾਨ ਵਫਾਦਾ ਪੂਰੀ ਤਵੱਜੋ ਨਿਆਜ਼ ਹੁਸੈਨ ਸ਼ਹਿਰਾਂ ਦੇ ਬਤੂਲ ਦੀਆਂ ਧੀਆਂ ਈਦ ਕੀਤੇ ਮੁੰਡੇ ਕੇ ਅਬਾਸ ਬਿਰਾਦਾ ਸੈਨ ਮੈਡੀ ਡੂਵੇਂ ਬਾਜ਼ੋ ਚਮਕੇ ਪਿਆ ਕੇ ਇਹ ਬੋਸੈ ਮਾਂ ਜ਼ਹਰਾ ਦਾ ਡੂਵੇ ਹੱਥ ਬੁਲੰਦ ਨਾਰਾਏ ਹੈਦਰੀ ਬਸ ਜੀ ਜਿਹੜਾ ਵਾਅਦਾ ਕੀਤਾ ਹੈ ਬੜੇ ਕੋਈ 468 ਲਿਆ ਅਰਮਾਨ ਹੈ ਮਗਰ ਇਤਨੇ ਅਰਮਾਨਾਂ ਦੇ ਵਿੱਚੋਂ ਮੈਂ ਇੱਕ ਅਰਮਾਨ ਦੱਸਣ ਲੱਗਾ ਤੇਰੀ ਜ਼ਿੰਦਗੀ ਹੋਵੇ ਕਦੀ ਮਾਨਾ ਦਾ ਦਾਰ ਤਸ਼ਰੀਫ ਫਰਮਾਓ ਆਓ ਭਾਈ ਜਾਨ ਇੱਕ ਮਿੰਟ ਵਾਸਤੇ ਮੇਰੇ ਨਾਲ ਕਰਬਲਾ ਛੋੜ ਗਿਆ ਫਜ਼ਲ ਮਸੈਬ ਤੋਂ ਵੱਡੇ ਇਬਾਦਤ ਮੈਂ ਕੋਈ ਵੀ ਨਹੀਂ ਕੋਈ ਸਮਝਦਾ ਇਸੇ ਇਬਾਦਤ ਵਾਸਤੇ ਮੋਮਣਾ ਦੀ ਜਿੰਦ ਜਾਨ ਵੀ ਕੁਰਬਾਨ ਬਾਈ ਜਾਨ ਕੈਫੀਅਤ ਬਣਾ ਕੈਫੀਅਤ ਨਾ ਮਸੈਬ ਜ਼ਾਕਿਰ ਦਾ ਕੋਈ ਕਮਾਲ ਕੈਫੀਅਤ ਬਣਾ ਤੇਰੇ ਜਿਗਰ ਚੋ ਹਾਏ ਨਿਕਲੇ ਆਦਾ ਪਿਆ ਖੜ ਪੱਤਨ ਤੇ ਮਾਰਿਆ ਏ ਸਾਡੇ ਸੁਗਰਾ ਤੇਰੀ ਜ਼ਿੰਦਗੀ ਹੋਵੇ ਵਸਦਾ ਰਵੇ ਆਬਾਦ ਰਵੇ ਬਾਣੀਆਂ ਨੇ ਮਜਲਿਸ ਦੇ ਤੱਡਾ ਵਿਛਾਇਆ ਮੇਰੀਆਂ ਪਾਕ ਮੁਰਸ਼ਦਾਂ ਦੀਆਂ ਕਬੂਲ ਤੇ ਮਨਜ਼ੂਰ ਫਰਮਾਵੇ ਵਿਛੋੜੇ ਦੀ ਮਲਕਾ ਦਾ ਵਹਿਣ ਹੈ ਜਿਨ੍ਹਾਂ ਦੀਆਂ ਅੱਖਾਂ ਵਸ ਪਈਆਂ ਕਿ ਆਖਿਆ ਖੜ ਪੱਤਨ ਤੇ ਮਾਰਿਆ ਸਾਧ ਸੁਗਰਾ ਅਰਜ਼ ਪਿਆ ਕਰਦਾ ਖੜ ਪੱਤਨ ਤੇ ਮਾਰਿਆ ਏ ਸਾਡੇ ਸੁਗਰਾ ਤੇ ਮੈਂ ਕਾਫਲੇ ਤੋਂ ਰਹਿ ਗਈ ਉਜ਼ਰ ਰੋਕ ਮਲਾਈ ਬੇੜੇ ਕੋ ਹੈ ਤੜੀ ਮਿੰਨਤ ਕਰੇ ਦੇ ਪਈ ਅਰਜ਼ ਪਿਆ ਕਰਦਾ ਖੜ ਪੱਤਨ ਤੇ ਮਾਰਿਆ ਏ ਸਾਡੇ ਸੁਗਰਾ ਤੇ ਮੈਂ ਕਾਫਲੇ ਤੋਂ ਰਹਿ ਗਈਆਂ ਉਹ ਜ਼ਰਾ ਰੋਕ ਮਲਾ ਈ ਬੇੜੇ ਕੋ ਹੈ ਤੜੀ ਮਿੰਨਤ ਕਰੇ ਦੇ ਪਈ ਉਹ ਮੇਰਾ ਕੋਈ ਨਹੀਂ ਰਹਿ ਗਿਆ ਹਾਇਓ ਇਹ ਵੱਤਾ ਨਹੀਂ ਉੱਤੇ ਤੇ ਇਸੇ ਪੂਰ ਦੀ ਮੈਂ ਲੱਗਦੀ ਆ ਜਿਹੜਾ ਮੈਂ ਕੋ ਮਿਲ ਕੇ ਨਹੀਂ ਤੁਰਿਆ ਹੈ ਮੈਂ ਉਹਦੇ ਪਿਓ ਦੇ ਦੇ ਆਖਰੀ ਬੰਦ ਸੋਹਣੇ ਰੋ ਪਿਓ ਮੇਰੇ ਮੌਲਾ ਹੁਸੈਨ ਬਾਦਸ਼ਾਹ ਨਾਨੇ ਦੇ ਮਜ਼ਾਰ ਤੇ ਆਏ ਨੇ ਕਦਮ ਵਾਲੇ ਪਾਸੇ ਬੋਸਾ ਕੀਤਾ ਹੈ ਫਰਮੈਂਦੇ ਨਾਨਾ ਅੱਲਾ ਹਾਫਿਜ਼ ਤੇਰੇ ਉਮਤੀ ਨਹੀਂ ਰਹਿਣ ਦਿੰਦੇ ਮੇਰੇ ਪਾਕ ਪੈਗੰਬਰ ਦੀ ਆਵਾਜ਼ ਆਉਂਦੀ ਹੁਸੈਨ ਬਚੜਾ ਜਿੱਥ ਡੇਰੇ ਲੈ ਸੇ ਤੇਰਾ ਨਾਨਾ ਮੁਹੰਮਦ ਤੇਰੇ ਨਾਲ ਉਸ
ਮੇਰੇ ਮੌਲਾ ਨਾਨੇ ਦੇ ਕਦਮਾਂ ਦੇ ਪਾਸੇ ਆਖਰੀ ਸਲਾਮ ਕੀਤਾ ਹੈ, ਜੰਨਤੁਲ ਬਕੀਆ ਦਾਖਿਲ ਹੋਏ, ਜੰਨਤੁਲ ਬਕੀਆ ਦਾਖਿਲ ਹੋਏ। ਜਿਵੇਂ ਮੇਰੇ ਮੌਲਾ ਦੇ ਕਦਮ ਜੰਨਤੁਲ ਬਕੀਆ 'ਚ ਆਏ ਤਾਂ ਜ਼ਮੀਨ ਨੂੰ ਜ਼ਲਜ਼ਲਾ ਆਇਆ। ਕਿੱਥੇ ਆਏ? ਉੱਥਾਂ ਆਏ ਜਿੱਥੇ ਪਾਕ ਬੀਬੀ ਮਾਂ ਜ਼ਹਰਾ ਦੀ ਜ਼ਰੀ ਪਾਕ ਆਈ। ਜਿਵੇਂ ਛੋਟੇ ਬੱਚੇ ਮਾਵਾਂ ਦੇ ਰੱਲੇ ਸਮਝਦੇ ਨਾ, ਇਵੇਂ ਮੇਰੇ ਮੌਲਾ ਇਮਾਮ ਹੁਸੈਨ ਅਲੈ ਸਲਾਤੁ ਵਸਲਾਮ ਆ ਕੇ ਮਾਂ ਦੀ ਕਬਰ 'ਤੇ ਸਮ ਗਏ ਅਤੇ ਰੋ ਰੋ ਕੇ ਕਿਹੜੀ ਗੱਲ ਕੀਤੀ ਹੈ? ਬੀਬੀ ਦੀ ਆਵਾਜ਼ ਆਉਂਦੀ ਹੈ, ਸ਼ਬੀਰ ਬਚੜਾ ਕਾਇਰ ਹੋਇਆ ਏ, ਕਿਉਂ ਪਰੇਸ਼ਾਨ? ਮੌਲਾ ਰੋ ਰੋ ਕੇ ਆਉਂਦੇ, ਮੌਲਾ ਫਰਮਾਉਂਦੇ ਨੇ, ਅੰਮਾ ਤੇ ਕੋ ਆਖਰੀ ਵੇਲੇ ਆਇਓ, ਮੈਂ ਮਿਲਣ ਆਇਆ ਤੇ ਆਇਆ ਕਰੇਨ ਸਵਾਲ, ਉਹ ਮੈਨੂੰ ਮਾਫ ਕਰੇ, ਤੜੀਆਂ ਨੋਵਾਂ ਦੀਆਂ ਗਿੱਧੀ ਵਹਿਦਾ ਸਫਾ ਹਿਰਦੇ ਨਾਲ, ਉਹ ਇੱਕ ਦੀ ਬੀਮਾਰ ਟਿਕਾਈ ਵਹਿੰਦਾ ਤੇ ਇਹਦਾ ਰੱਖੋ ਆਪ ਖਿਆਲ, ਤੂੰ ਮਾਂ ਜੋ ਹੈ ਤੇ ਕੁਨਸਾਨ ਆਇਆ ਹਾਏ, ਮੜਵਤਾਨ ਤੇ ਵੱਲੋਂ ਨਮਵਾਲ। ਮੌਲਾ ਰੋ ਰੋ ਗਿਆ, ਅੰਮਾ ਮੈਂ ਵੱਲ ਕੋਈ ਨਹੀਂ ਵੱਲਣਾ। ਅਲਾ ਲਾਣਾ ਤੁਲਾ ਕੌਮ।